ਇਸ ਜ਼ਿੰਦਗੀ ਦੇ ਨਾਲ ਅਰਦਾਸ ਕੀਤੀ ਹੈ ਕਿ ਸਤਿਗੁਰੂ ਅਡਾਪਟ ਮੀ, ਐਕਸੈਪਟ ਮੀ। ਤੇ ਫਿਰ ਸਤਿਗੁਰੂ ਅਕੀਲੀ ਤੋਂ ਕੁਝ ਕਹਿੰਦੇ ਨੇ, ਸੁਣੀ ਪੁਕਾਰ, ਮੇਰੀ ਅਰਦਾਸ ਉਸ ਦਾਤੇ ਨੇ ਸੁਣੀ ਤੇ ਕੀ ਕੀਤਾ, ਪਹਿਰ ਸਿਪਾਓ। ਅਸੀਂ ਜਿਹਨੂੰ ਸਿਰੋ ਪਾਓ ਕਹਿੰਦੇ ਹਾਂ ਨਾ ਜੀ, ਇਹਦਾ ਅਰਥ ਹੁੰਦਾ ਹੈ ਉਹ ਕੱਪੜਾ ਜਿਹੜਾ ਕਿਸੇ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਢੱਕ ਦੇਵੇ, ਜਿਹੜਾ ਇੱਕ ਮਾਨ ਸਨਮਾਨ ਦਾ ਪ੍ਰਤੀਕ ਬਣੇ। ਤੇ ਸਤਿਗੁਰੂ ਨੇ ਮੈਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਢੱਕ ਦਿੱਤਾ, ਮੇਰੀ ਇੱਜ਼ਤ ਰੱਖ ਲਈ, ਮੇਰਾ ਉਸ ਵਾਹਿਗੁਰੂ ਨੇ ਮਾਨ ਰੱਖ ਲਿਆ। ਤੇ ਅਗਲਾ ਸ਼ਬਦ ਵੀ ਇਸੇ ਲੜੀ ਦੇ ਵਿੱਚ ਹੈ ਕਿ ਸਤਿਗੁਰੂ ਜਿਸ ਜਿਹੜਾ ਕੋਈ ਸਤਿਗੁਰੂ ਕੋਲ ਅਰਦਾਸ ਕਰਦਾ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਸਤਿਗੁਰ ਤੇਰਾ ਸਦਾ ਦਇਆਲੂ, ਮੋਹਿ ਦੀਨ ਕੋ ਕਾਹੂ। ਸਤਿਗੁਰ ਮੇਰਾ ਸਦਾ ਦਇਆਲਾ, ਸਤਿਗੁਰ ਮੇਰਾ ਸਦਾ ਦਇਆਲਾ, ਮੋਹਿ ਦੀਨ ਕੋ ਰਾਖਲੀਆ। ਸਤਿਗੁਰ ਮੇਰਾ ਸਦਾ ਦਇਆਲਾ, ਮੋਹਿ ਦੀਨ ਕੋ ਰਾਖਲੀਆ। Yeah।
Yeah.